ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਹੈ। ਫੈਮਿਲੀ ਪੈਨਸ਼ਨ ਦੇ ਮਾਮਲੇ 'ਚ ਹੁਣ ਬੈਂਕਾਂ ਵਿੱਚ ਆਸਾਨੀ ਨਾਲ ਸੁਭਾਵਕ ਤੌਰ ਉੱਤੇ ਹੀ ਨਿਬੜ ਜਾਇਆ ਕਰਨਗੇ। ਹੁਣ ਤੱਕ ਕਿਸੇ ਵੀ ਪੈਨਸ਼ਨਰ ਦੀ ਮੌਤ ਹੋਣ ਉੱਤੇ ਬੈਂਕ ਉਸ ਦੇ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰ ਤੋਂ ਪੈਨਸ਼ਨ ਦੇਣ ਵਾਲੇ ਬੈਂਕ ਕਈ ਤਰ੍ਹਾਂ ਦੇ ਵੇਰਵਿਆਂ ਦੇ ਦਸਤਾਵੇਜ਼ਾਂ ਦੀ ਮੰਗ ਕਰਿਆ ਕਰਦੇ ਸਨ, ਜਦਕਿ ਅਸਲ ਵਿੱਚ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੁੰਦੀ। ਕੇਂਦਰੀ ਅਮਲਾ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਰਾਂ ਵਾਲੇ ਮੰਤਰਾਲੇ ਅਧੀਨ ਆਉਂਦੇ ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਨਾਲ ਸੰਬੰਧਿਤ ਵਿਭਾਗ ਨੇ ਇਸ ਸਥਿਤੀ ਦਾ ਨੋਟਿਸ ਲੈਂਦਿਆਂ ਸਾਰੇ ਬੈਂਕਾਂ ਨੂੰ ਪਰਿਵਾਰਕ ਪੈਨਸ਼ਨ ਦੇ ਮਾਮਲੇ ਛੇਤੀ ਹੱਲ ਕਰਨ ਲਈ ਕਿਹਾ। ਜਿਸ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰ ਦਾ ਨਾਮ ਮ੍ਰਿਤਕ ਪੈਨਸ਼ਨ ਦੇ PPO ਪੈਨਸ਼ਨ ਪੇਮੈਂਟ ਆਰਡਰ ਵਿੱਚ ਦਰਜ ਹੈ, ਉਸ ਨੂੰ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ਬੈਂਕ ਨੂੰ ਸਿਰਫ ਨਿਯਮਤ ਵੇਰਵੇ ਜਾਂ ਦਸਤਾਵੇਜ਼ ਦੇਣ ਦੀ ਜ਼ਰੂਰਤ ਹੋਵੇਗੀ। ਜਿੱਥੇ ਮ੍ਰਿਤਕ ਪੈਨਸ਼ਨਰ ਅਤੇ ਜੀਵਨ ਸਾਥੀ ਦਾ ਸਾਂਝਾ ਖਾਤਾ ਹੋਵੇ, ਇੱਕ ਸਾਦੀ ਚਿੱਠੀ ਅਰਜ਼ੀ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ਪੈਨਸ਼ਨਰ ਨੂੰ ਜਾਰੀ PPO ਦੀ ਕਾਪੀ ਜੇ ਉਪਲਬਧ ਹੋਵੇ, ਬਿਨਕਾਰ ਦੀ ਉਮਰ, ਜਨਮ ਮਿਤੀ ਦਾ ਪ੍ਰਮਾਣ, ਜੀਵਨ ਸਾਥੀ ਪਰਿਵਾਰਕ ਮੈਂਬਰ ਨੂੰ ਪਰਿਵਾਰਕ ਪੈਨਸ਼ਨ ਸ਼ੁਰੂ ਕਰਾਉਣ ਵਾਸਤੇ ਬੈਂਕ ਕੋਲ ਫਾਰਮ 14 ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਜਿੱਥੇ ਜੀਵਨ ਸਾਥੀ ਦਾ ਮ੍ਰਿਤਕ ਪੈਨਸ਼ਨਰ ਨਾਲ ਸਾਂਝਾ ਖਾਤਾ ਨਾ ਹੋਵੇ, ਇਸ ਮਾਮਲੇ ਵਿੱਚ ਫਾਰਮ 14 ਦੀ ਅਰਜ਼ੀ ਦੇ ਦੀ ਹੋਵੇਗੀ ਤਾਂ 2 ਗਵਾਹਾਂ ਦੇ ਦਸਤਖਤਾਂ ਦੀ ਜ਼ਰੂਰਤ ਪਵੇਗੀ। ਮ੍ਰਿਤਕ ਪੈਨਸ਼ਨਰ ਦਾ ਮੌਤ ਪ੍ਰਮਾਣ ਪੱਤਰ, ਪੈਨਸ਼ਨਰ ਨੂੰ ਜਾਰੀ PPO ਦੀ ਕਾਪੀ ਜੇ ਉਪਲਬਧ ਹੋਵੇ, ਬਿਨੈਕਾਰ ਦੀ ਉਮਰ, ਜਨਮ ਦਾ ਸਬੂਤ, ਫਾਰਮ 14 ਨੂੰ ਕਿਸੇ ਗਜ਼ਟਡ ਆਫਿਸਰ ਤੋਂ ਤਸਦੀਕ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਬੈਂਕ PPO ਵਿੱਚ ਦਰਜ ਜਾਣਕਾਰੀ ਦੇ ਆਧਾਰ ਤੇ ਉਸ ਜੀਵਨ ਸਾਥੀ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਸ਼ਨਾਖਤ ਕਰ ਲਵੇਗਾ। ਬੈਂਕ ਦਾ ਆਪਣੀ KFC ਕਾਰਜ ਵਿਧੀ ਹੁੰਦੀ ਹੈ। ਅਜਿਹਾ ਕੋਈ ਮਾਮਲਾ ਜਿੱਥੇ ਪੈਨਸ਼ਨਰ ਦੇ ਜੀਵਨ ਸਾਥੀ ਦੀ ਮੌਤ ਉਪਰੰਤ ਪਰਿਵਾਰਕ ਪੈਨਸ਼ਨ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਂ ਕਰਾਉਣੀ ਹੋਵੇ, ਜੇ PPO ਵਿੱਚ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਸਹਿ ਅਧਿਕਾਰਤਾ ਹੈ ਤਾਂ ਉਪਰੋਕਤ ਕਾਰਜ ਵਿਧੀ ਦੀ ਹੀ ਪਾਲਣਾ ਕਰਨੀ ਹੋਵੇਗੀ। ਜੇ ਉਸ ਪਰਿਵਾਰਕ ਮੈਂਬਰ ਦਾ ਨਾਂ PPO ਵਿੱਚ ਦਰਜ ਨਹੀਂ ਹੈ ਤਾਂ ਉਸ ਨੂੰ ਉਸੇ ਦਫ਼ਤਰ ਤੋਂ ਤਾਜ਼ਾ PPO ਜਾਰੀ ਕਰਾਉਣਾ ਹੋਵੇਗਾ ਜਿੱਥੇ ਪੈਨਸ਼ਨਰ ਨੇ ਆਪਣੀ ਆਖਰੀ ਨੌਕਰੀ ਕੀਤੀ ਸੀ। ਕੇਂਦਰੀ ਵਿਭਾਗ ਨੇ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ਘੱਟ ਤੋਂ ਘੱਟ ਸਿਰਫ ਜ਼ਰੂਰੀ ਵੇਰਵੇ ਤੇ ਦਸਤਾਵੇਜ਼ ਹੀ ਮੰਗੇ ਜਾਣ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ਨਿਊਜ਼ਵਾਲਾ .com ਦੇ ਨਾਲ।